2024 ਦੀਆਂ ਲੋਕ ਸਭਾ ਚੋਣਾਂ ਦਾ ਮਾਹੌਲ ਜਦੋਂ ਪੂਰੀ ਤਰ੍ਹਾਂ ਪੱਕ ਚੁੱਕਿਆ ਤਾਂ ਪੰਜਾਬ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਨੇ ਜਿਹੜੀਆਂ ਉਹ ਆਪੋ ਆਪਣੀਆਂ ਲੋਕ ਸਭਾ ਲਈ ਉਮੀਦਵਾਰਾਂ ਦੀਆਂ ਲਿਸਟਾਂ ਜਿਹੜੀਆਂ ਉਹ ਐਲਾਨਣੀਆਂ ਸ਼ੁਰੂ ਕਰ ਦਿੱਤੀਆਂ ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਤਾਂ ਫਿਰੋਜ਼ਪੁਰ ਤੋਂ ਜੋ ਮੁਕਸਰ ਤੋਂ ਵਿਧਾਇਕ ਨੇ ਜਗਦੀਪ ਸਿੰਘ ਕਾਕਾ ਬਰਾੜ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਜੇਕਰ ਗੱਲ ਕਰੀਏ ਤਾਂ ਐਮਐਲਏ ਤੋ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸਫ਼ਰ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਐਮਪੀ ਦੀ ਟਿਕਟ ਉਹਨਾਂ ਨੂੰ ਮਿਲੀ ਹੈ ਪਹਿਲਾਂ ਕਿਉਂਕਿ ਵਰਕਰਾਂ ਦਾ ਮਾਹੌਲ ਅਸੀਂ ਦੇਖ ਚੁੱਕੇ ਹਾਂ ਕਿਹੋ ਜਿਹਾ ਹੈ ਤਾਂ ਪਹਿਲਾਂ ਇਹਨਾਂ ਤੋਂ ਇਹ ਪੁੱਛਦਿਆਂ ਕਿ ਰਾਠ ਸਾਹਿਬ ਪਹਿਲਾਂ ਤਾਂ ਵਧਾਈ ਕਿ ਐਮਪੀ ਉਮੀਦਵਾਰ ਵਜੋਂ ਜਿਹੜਾ ਹੈਗਾ ਪਾਰਟੀ ਨੇ ਤੁਹਾਨੂੰ ਲਾਣਿਆ ਥੈਂਕ ਯੂ ਮੈਂ ਸਾਰੇ ਹੀ ਪਾਰਟੀ ਦੇ ਸੁਪਰੀਮੋ ਅਰਵਿੰਦ ਜੀ ਦਾ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਸਾਡੇ ਸੰਦੀਪ ਪਾਠਕ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਦਰਜਾ ਬਦਰਜਾ ਜਿਨ੍ਹਾਂ ਨੇ ਮੈਨੂੰ ਇੱਥੇ ਮਾਨ ਦਿੱਤਾ ਕਿ ਪਾਰਲੀਮੈਂਟ ਇਲੈਕਟ ਲਈ ਮੈਨੂੰ ਚੁਣਿਆ ਗਿਆ ਇੱਕ ਹਲਕਾ ਤੇ ਨੋ ਹਲਕੇ ਲੋਕ ਸਭਾ ਦੇ ਵਿੱਚ ਜਿਹੜੇ ਨੋ ਹਲਕੇ ਨੇ ਕੀ ਫਰਕ ਦੇਖਦੇ ਹੋ ਕਿਹੜੇ ਉਹ ਮੁੱਦੇ ਆ ਜਿਹੜੇ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਜਾਂ ਕਿਹੜੇ ਇਹੋ ਜਿਹੇ ਕੰਮ ਆ ਜਿਹੜੇ ਦੋ ਸਾਲਾਂ ਚ ਸਰਕਾਰ ਨੇ ਕਰਤੇ ਜਿਹੜੇ ਤੁਹਾਨੂੰ ਲੱਗਦਾ ਕਿ ਲੋਕਾਂ ਚ ਜਾਣੇ ਚਾਹੀਦੇ ਆ ਮੁੱਦੇ ਸੇਮ ਆ ਜੀ ਜੇ ਮੁਕਸ਼ਰ ਦੇ ਵਿੱਚ ਝੋਨਾ ਲੱਗਿਆ ਤੇ ਫਰੋਜਪੁਰ ਵੀ ਝੋਨਾ ਲੱਗਿਆ ਤੇ ਸਾਰੇ ਝੋਨਿਆਂ ਦੇ ਵਾਲਿਆਂ ਨੂੰ ਮੋਟਰਾਂ ਚੱਲੀਆਂ ਜੇ ਮੁਕਸ਼ਰ ਦੇ ਵਿੱਚ ਬਿਜਲੀ ਫ੍ਰੀ ਹੋਈ ਹੈ ਤੇ ਫਰੋਜਪੁਰ ਦੇ ਵਿੱਚ ਵੀ ਬਿਜਲੀ ਫ੍ਰੀ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਹੋਈ ਹੈ ਜੇ ਢੇਲਾਂ ਦੇ ਉੱਤੇ ਪਾਣੀ ਪਹੁੰਚਿਆ ਤੇ ਸਾਰੇ ਪੰਜਾਬ ਦੀਆਂ ਢੇਲਾਂ ਤੇ ਪਾਣੀ ਪਹੁੰਚਿਆ ਜੇ ਬਿਜੇ ਗਰੀਬਾਂ ਲਈ ਜਿਹੜੀਆਂ ਸਹੂਲਤਾਂ ਆ ਫ੍ਰੀ ਦਵਾਈਆਂ ਦੀਆਂ ਉਹ ਸਾਰੇ ਪੰਜਾਬ ਦੇ ਵਿੱਚ ਪਹੁੰਚ ਗਈਆਂ ਇਸ ਕਰਕੇ ਜਿਹੜੇ ਮੁੱਦੇ ਐ ਸੇਮ ਮੁੱਦੇ ਐ ਪੰਜਾਬ ਦੇ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਜਾ ਕੇ ਲੈ ਕੇ ਜਾਵਾਂਗੇ ਸਾਡੀ ਪਹਿਲੀ ਸਰਕਾਰ ਐ ਜਿਨੇ ਆਮ ਆਦਮੀ ਪਾਰਟੀ ਮਾਨ ਸਾਹਿਬ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 43000 ਦੇ ਅੰਦਰ ਬਾਅਦ ਨੌਕਰੀਆਂ ਜਿਹੜੀਆਂ ਦਿੱਤੀਆਂ ਔਰ ਕਿਸੇ ਵੀ ਨੌਕਰੀ ਦੇ ਵਿੱਚ ਇੱਕ ਵੀ ਰੁਪਏ ਦੀ ਰਿਸ਼ਵਤ ਨਹੀਂ ਚੱਲੀ ਔਰ ਪੜਨ ਵਾਲੇ ਬੱਚਿਆਂ ਨੂੰ ਦਿੱਤੀ ਗਈਆਂ ਭਾਵੇਂ ਉਹ ਗਰੀਬ ਦਾ ਬੱਚਾ ਹੈ ਭਾਵੇਂ ਉਹ ਅਮੀਰ ਦਾ ਬੱਚਾ ਹੈ ਉਹਨੂੰ ਕੋਈ ਉਹਦੇ ਚ ਪਾਰਸ਼ਲਟੀ ਨਹੀਂ ਕਿਤੇ ਗਰੀਬਾਂ ਲਈ ਸਭ ਤੋਂ ਵੱਡਾ ਵੱਧ ਆਇਆ ਹੋਇਆ ਕਿ ਅੱਗੇ ਗਰੀਬ ਨੌਕਰੀ ਲਈ ਦੇਖਦੇ ਰਹਿੰਦੇ ਸੀ ਕਿ ਸਾਨੂੰ ਸ਼ਿਪਾਰ ਚਾਹੀਦੀ ਹੈ ਸਾਨੂੰ ਹੋਰ ਕੁਝ ਚਾਹੀਦਾ ਪਰ ਇਸ ਵਾਰ ਸਰਕਾਰ ਨੇ ਤੈਅ ਕਰਤਾ ਕਿ ਕਿਸੇ ਵੀ ਕਿਸਮ ਦੀ ਰਿਸ਼ਵਤ 43000 ਨੌਕਰੀ 2 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀ ਹੈ ਮਗਰਲੇ 10 ਸਾਲਾਂ ਦੇ ਵਿੱਚ ਨੌکریاں ਕੱਢਦੇ ਹੀ ਲਾਰਾ ਲਾ ਕੇ ਬੈਠੇ ਜੀ ਰੋਕੀ ਬੈਠੇ ਜੀ ਬਹੁਤ ਮੁੱਦੇ ਆ ਜਿਹੜੇ ਲੋਕਾਂ ਨੂੰ ਦੱਸਣ ਨੂੰ ਸਾਡੇ ਕੋਲੇ ਬਹੁਤ ਕੋਸ਼ਿਸ਼ ਹੈ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਲੋਕ ਅੱਜ ਮੈਨੂੰ 2 ਘੰਟੇ ਹੋਏ ਆ ਕੋਈ ਟੈਕਟਰ ਆਉਂਛਿਆ ਮੈਨੂੰ ਇਨੇ ਫੋਨ ਕਾਲਾਂ ਆਈਆਂ ਕਿ ਤੁਸੀਂ ਸਾਡੇ ਪਿੰਡ ਆਓ ਸਾਡਾ ਸਾਰਾ ਪਿੰਡ ਤਿਆਰ ਬੈਠਾ ਸਾਡੇ ਪਿੰਡ ਆਓ ਸਾਡਾ ਸਾਰਾ ਪਿੰਡ ਹੌਲੀ ਹੌਲੀ ਹਲਕੇ ਦੇ ਵਿੱਚ ਪਹੁੰਚਾਂਗੇ ਕੋਈ ਇਸ ਗੱਲ ਦਾ ਸਾਨੂੰ ਦਿੱਕਤ ਨਹੀਂ ਆਊਗੀ ਤੁਹਾਨੂੰ ਇੰਤਨੀ ਲੱਗਦਾ ਬੜੀ ਹਾਈ ਪ੍ਰੋਫਾਈਲ ਸੀਟ ਆ ਕਿਸੇ ਹੋਰ ਪਾਰਟੀ ਨੇ ਹਜੇ ਰਿਸਕ ਹੀ ਨਹੀਂ ਲਿਆ ਸੁਖਬੀਰ ਬਾਦਲ ਦੀ ਗੱਲ ਕਰੀਏ ਕਾਲੀ ਦਲ ਦੇ ਪ੍ਰਧਾਨ ਨੇ ਲੰਬੀ ਹਲਕੇ 'ਚ ਬੈਠੇ ਨੇ ਜ਼ਿਲ੍ਹਾ ਮੁਕਸਰ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਮੁਕਸਰ ਰਹਿੰਦੇ ਨੇ ਜ਼ਿਲ੍ਹਾ ਮੁਕਸਰ ਆ ਪ੍ਰਧਾਨ ਨੇ ਕਾਂਗਰਸ ਦੇ ਸੁਨੀਲ ਜਾਖੜ ਦਾ ਹਲਕਾ ਫਰੋਜਪੁਰ ਸੀਟ ਚ ਪੈਂਦਾ ਬੋਹਰ ਬੜੀ ਹਾਈ ਪ੍ਰੋਫਾਈਲ ਸੀਟ ਆ ਕਿਸੇ ਪਾਰਟੀ ਨੇ ਲੱਗਦਾ ਨਹੀਂ ਕੋਈ ਵੱਡੇ ਚਿਹਰੇ ਜਿਹੜੇ ਸਾਹਮਣੇ ਆ ਸਕਦੇ ਆ ਹਰਸਿਮਰਤ ਬਾਦਲ ਦੀ ਟਿਕਟ ਅਨਾਉਂਸ ਨਹੀਂ ਹੋਈ ਕਹਿੰਦੇ ਸ਼ਾਇਦ ਉਹ ਫਰੋਜਪੁਰ ਆ ਜਾਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਦਾ ਨਾਮ ਵੀ ਇਹ ਹੈ ਕਿ ਸ਼ਾਇਦ ਉਹ ਫਰੋਜਪੁਰ ਤੋਂ ਲੜਨ ਲੱਗਦਾ ਨਹੀਂ ਵੱਡੇ ਚਿਹਰੇ ਜਿਹੜੇ ਆ ਉਹਨਾਂ ਨਾਲ ਸਾਹਮਣੇ ਮੁਕਾਬਲਾ ਹੋ ਸਕਦਾ ਕਿ ਮੈਂ ਉਹਨਾਂ ਨੂੰ ਆਉਣ ਨੂੰ ਵੈਲਕਮ ਕਰਦਾ ਜੀ ਉਹ ਆਉਂਦੇ ਆ ਤਾਂ ਪਰ ਮੈਨੂੰ ਜੋ ਹਾਲਾਤ ਲੱਗਦੇ ਆ ਕਿ ਉਹ ਆਦੇ ਸਰਵੇ ਸਭੂ ਕਰਕੇ ਕਿਤੋਂ ਵੀ ਨਹੀਂ ਆਉਂਦੇ ਨਜ਼ਰ ਆਉਂਦੇ ਜੋ ਸਰਵੇ ਕਰਾ ਕਰ ਕੇ ਉਹ ਕਿਤੋਂ ਨਜ਼ਰ ਨਹੀਂ ਆਉਂਦੇ ਲੱਗਦੇ ਉਹ ਪਹਿਲਾਂ ਬਠਿੰਡੇ ਦੀ ਚਰਚਾ ਸੀ ਫਿਰ ਮੁਖ ਅਬੋਰ ਦੀ ਚਰਚਾ ਹੈ ਖੰਡੂਰ ਸਾਹਿਬ ਦੀ ਚਰਚਾ ਹੈ ਇਹ ਚਰਚਾਵਾਂ ਹੀ ਆ ਸਰਵੇ ਕਰਕੇ ਲੱਖ ਨਹੀਂ ਲੜੇ ਜਾਂਦੇ ਜੰਗ ਕਦੇ ਵੀ ਇਸ ਹਿਸਾਬ ਨਾਲ ਨਹੀਂ ਲੜੀ ਜਾਂਦੀ ਕਿ ਪਹਿਲਾਂ ਜਿੱਤ ਡਿਕਲੇਅਰ ਹੈ ਤੇ ਜੰਗ ਲੜ ਲਾਂਗੇ ਅਸੀਂ ਜੰਗ ਲੜਨ ਲਈ ਤਿਆਰ ਆ ਮੈਨੂੰ ਕੋਈ ਉਹਨਾਂ ਦੀ ਦਿੱਕਤ ਨਹੀਂ ਪਾਉਂਦੀ ਬੀਬਾ ਜੀ ਆਉਂਦੇ ਆ ਪਾਉਂਦੀ ਰਾਜਾ ਜੀ ਆਉਂਦੇ ਆ ਉਹਨਾਂ ਦਾ ਫੈਮਲੀਆ ਆਉਂਦੀਆਂ ਇਸ ਗੱਲ ਨਾਲ ਸਾਡਾ ਕੋਈ ਟਕਲ ਨਹੀਂ ਅਸੀਂ ਜੰਗ ਲੜਨੀ ਆ ਔਰ ਲੋਕਾਂ ਤੋਂ ਵੋਟਾਂ ਮੰਗਣੀਆਂ ਤੇ ਲੋਕਾਂ ਨੇ ਵੇਖਣਾ ਕਿ ਅਸੀਂ ਪਹਿਲਾਂ ਇਹਨਾਂ ਨੂੰ ਪਾ ਪਾ ਕੇ ਵੇਖਿਆ ਹੁਣ ਨਵੇਂਆਂ ਨੂੰ ਕੀ ਜਾਂਦੇ ਨਾਲ ਮੁੱਦੇ ਬੜੇ ਭਿਆਨਕ ਨੇ ਕਹਿੰਦੇ ਸਰਹੱਦੀ ਇਲਾਕੇ ਦੇ ਵਿੱਚ ਦੋਨਾਂ ਨਾਨਕਾ ਪਿੰਡ ਆ ਜਾਂ ਹੋਰ ਪਿੰਡ ਨੇ ਉੱਥੇ ਅੱਜ ਤੱਕ ਕਾਲੇ ਪੀਲੇ ਵਾਲੇ ਪਾਣੀ ਦੇ ਨਾਲ ਹਨਾ ਜਾਂ ਉਹ ਕਾਵਾ ਪੱਤਨ ਵਾਲਾ ਪੋਲਾ ਜਦੋਂ ਪੁਲ ਟੁੱਟ ਜਾਂਦੇ ਇਸ ਵਾਰੀ ਵੀ ਟੁੱਟਿਆ 12 ਪਿੰਡਾਂ ਦਾ ਲਿੰਕ ਹੀ ਟੁੱਟ ਜਾਂਦਾ ਲੋਕ ਸਭਾ ਹਲਕੇ ਨਾਲੋਂ ਜੇ ਲੋਕ ਚੁੰਨਦੇ ਨੇ ਤਾਂ ਕਦੇ ਰਹੇਗੀ ਇਹ ਪ੍ਰੇਫਰੈਂਸ ਕਿ ਸਰਹੱਦੀ ਇਲਾਕੇ ਦੇ ਮੁੱਦਿਆਂ ਦਾ ਕਿਵੇਂ ਹੱਲ ਹੋਏਗਾ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਮੁੱਦੇ ਢਾਵਾਂਗੇ ਕਿਉਂਕਿ ਮੈਂ ਤੁਸੀਂ ਦੇਖਿਆ ਹੋਣਾ ਕਿ ਮੈਂ ਵਿਧਾਨ ਸਭਾ ਦੇ ਵਿੱਚ ਮੁਕਸਰ ਹਲਕੇ ਦੀ ਨੁਮਾਇੰਦਗੀ ਕੀਤੀ ਹੈ ਤੇ ਮੈਂ ਕੋਈ ਐਜਾ ਮੁੱਦਾ ਨਹੀਂ ਵਿਧਾਨ ਸਭਾ ਦੇ ਵਿੱਚ ਚੱਕਣ ਕਰਨੀ ਛੱਡਿਆ ਜਿਹੜੀ ਮੁਕਸਰ ਹਾਲਕੇ ਨੂੰ ਦਿੱਕਤਾਂ ਆਉਂਦੀਆਂ ਰਹੀਆਂ ਜਿਨ੍ਹਾਂ ਦਾ ਅਜੇ ਤੱਕ ਹਜੇ ਤੱਕ ਜਿਗਰ ਵੀ ਨਹੀਂ ਹੋਇਆ ਕਦੇ ਵਿਧਾਨ ਸਭਾ ਦੇ ਵਿੱਚ ਸਾਡੇ ਇੱਥੇ ਟੋਲ ਲੱਗਿਆ ਹੋਇਆ ਸੀ ਉਹ ਟੋਲ ਹਰੇਕ ਸਾਲ ਧਰਨੇ ਦਾ ਜਰੂਰ ਲੱਗ ਜਾਂਦੇ ਸੀ ਅੰਦਰ ਖਾਤੇ ਬਹਿ ਕੇ ਗੱਲ ਵੀ ਹੋ ਜਾਂਦੀ ਸੀ ਉਹਦਾ ਮੁੱਦਾ ਕੋਈ ਨਹੀਂ ਚੁੱਕਦਾ ਸੀ ਉਹ ਟੋਲ ਤੇ ਜਾਵੜਦੇ ਸੀ ਇਸ ਕਰਕੇ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਫਰੋਜਪੁਰ ਹਲਕੇ ਦੇ ਹਰੇਕ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਠਾਕੇ ਉਹਨਾਂ ਨੂੰ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਾਵਾਂਗੇ ਇੱਕ ਵੱਡਾ ਮੁੱਦਾ ਜਿਹੜਾ ਆਮ ਆਦਮੀ ਪਾਰਟੀ ਪੂਰੇ ਦੇਸ਼ ਚ ਲੜ ਰਹੀ ਹੈ ਜਿੰਨ ਤੇ ਕਿ ਕੇਜਰੀਵਾਲ ਸਾਹਬ ਅੰਦਰ ਨੇ ਤੇ ਇਸ ਦਰਮਿਆਨ ਜਿਹੜਾ ਪਾਰਟੀ ਦਾ ਇਲੈਕਸ਼ਨ ਲੜਨਾ ਲੋਕ ਸਭਾ ਦੇ ਵਿੱਚ ਕਿਤੇ ਲੱਗਦਾ ਹੈ ਮੁੱਦਾ ਵੀ ਪੰਜਾਬ ਦੀਆਂ ਚੋਣਾਂ ਚ ਖਾਸ ਕਰ ਜਦੋਂ ਅਸੀਂ ਫਰੋਜਪੁਰ ਹਲਕੇ ਦੀ ਗੱਲ ਕਰਦੇ ਹਾਂ ਤੇ ਭਖ ਦਾ ਨਜ਼ਰ ਆਏਗਾ ਭਾਜਪਾ ਨਾਲ ਜਿਹੜੀ ਨੈਕ ਟੂ ਨੈਕ ਫਾਈਟ ਦੀ ਗੱਲ ਹੈਗੀ ਹੈ ਇਹ ਗੱਲ ਠੀਕ ਹੈ ਕਿ ਸਾਡੇ ਸੁਪਰੀਮੋ ਅੰਦਰ ਨਹੀਂ ਪਰ ਉਹਨਾਂ ਦੀ ਸੋਚ ਅੰਦਰ ਨਹੀਂ ਆ ਮੇਰੇ ਪਿੱਛੇ ਤੁਸੀਂ ਕੈਮਰਾ ਮਾਰ ਕੇ ਵੇਖੋਗੇ ਤੇ ਇਹ 16 ਤੋਂ ਖੜੇ ਹੋਏ ਵਰਕਰ ਹੈ ਜਿਹੜੇ ਲਗਾਤਾਰ ਲੜਦੇ ਆ ਰਹੇ ਸਾਡਾ ਹਰੇਕ ਪਿੰਡ ਦੇ ਵਿੱਚ 5-5 10-10 ਸਾਹਿਬ ਅਰਵਿੰਦ ਜੀ ਦੇ ਰੂਪ ਬੈਠਾ ਉਸੇ ਤਰ੍ਹਾਂ ਉਹ ਲੜਨਗੇ ਕਿਸੇ ਗੱਲ ਦੀ ਪਰਵਾਹ ਨਹੀਂ ਸਾਰਾ ਫਰ ਹੋਈ ਪਰ ਹਲਕਾ ਪਾਉਂਦੀ ਅੰਦਰ ਕਰਕੇ ਭਾਜਪਾ ਨੂੰ ਕੁਝ ਕਰਦੇ ਅਦਰਵਾਈਜ਼ ਭਾਜਪਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿਸੇ ਹੱਦ ਤੱਕ ਰੋਕ ਨਹੀਂ ਸਕਦੀ ਮੈਂ ਠੱਲ ਨਹੀਂ ਪਾ ਸਕੂਗੀ ਲਾਸਟ ਗੱਲ ਕਿਤੇ ਨਾ ਕਿਤੇ ਅੰਜ ਵੀ ਹੁੰਦਾ ਜਿਵੇਂ ਹੁਣ ਸਰਕਾਰ ਨੂੰ 2 ਸਾਲ ਹੋ ਗਿਆ ਤਾਂ ਬੜੇ ਰੋਸੇ ਹੁੰਦੇ ਆ ਬੜੇ ਵਰਕਰਾਂ ਚ ਇਹ ਗੱਲ ਹੁੰਦੀ ਆ ਕਿ ਆਹ ਕੰਮ ਨਹੀਂ ਹੋਇਆ ਕਿ ਛੋਟੇ ਛੋਟੇ ਕੰਮਾਂ ਤੇ ਕਿਤੇ ਉਹਨਾਂ ਨੂੰ ਵੀ ਵਰਕਰਾਂ ਨੂੰ ਜਿਹੜੇ ਛੋਟੇ ਮੋਟੇ ਰੁੱਸੇ ਨੇ ਮਨਾਉਣ ਦੀ ਕੋਸ਼ਿਸ਼ ਦਾ ਕੁਝ ਇਸ ਤਰ੍ਹਾਂ ਦਾ ਕੈਂਪੇਨ ਕਿੱਦਾਂ ਸ਼ੁਰੂ ਕਰ ਰਹੇ ਹੋ ਔਰ ਕਿਵੇਂ ਸ਼ੁਰੂ ਕਰ ਰਹੇ ਹੋ ਜਿੱਥੇ ਤੱਕ ਮੇਰਾ ਇਸ ਗੱਲ ਦਾ ਸਵਾਲ ਹੈ ਦਿਕਤਾਂ ਹਰੇਕ ਪਰਿਵਾਰ ਦੇ ਵਿੱਚ ਹੁੰਦੀਆਂ ਕੋਈ ਘਰ ਚੱਲਦਾ ਉਹਦੇ ਵਿੱਚ ਵੀ ਮਾੜਾ ਮੋੜ ਲੜਾਈ ਝਗੜਾ ਹੁੰਦਾ ਪਰ ਤੁਸੀਂ ਦੋ ਦਿਨਾਂ ਦੇ ਬਾਅਦ ਵੇਖੋਗੇ ਤੁਸੀਂ ਭਾਲ ਕੇ ਲਿਆ ਦੇਗੇ ਕਿ ਮੈਨੂੰ ਆਮ ਆਦਮੀ ਪਾਰਟੀ ਦਾ ਵਰਕਰ ਰਸਿਆ ਬੈਠਾ ਹੈ ਤੇ ਇਹਨੂੰ ਇਹ ਨਾਰਾਜ ਹੈ ਕੋਈ ਵੀ ਇਹ ਜਆ ਵਰਕਰ ਨਹੀਂ ਨਾਰਾਜ ਹੋਊਗਾ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ 16 ਤੋਂ ਲੈ ਕੇ ਚੱਲ ਰਿਹਾ ਸੋ ਇਹ ਸੰਜਗਦੀਪ ਸਿੰਘ ਕਾਕਾ ਬਰਾੜ ਜਿਨ੍ਹਾਂ ਨੂੰ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਨੇ ਲੋਕ ਸਭਾ ਲਈ ਉਮੀਦਵਾਰ ਐਲਾਨਿਆ ਹੈ ਪਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ MP ਚੁਣ ਕੇ ਜਾਂਦੇ ਨੇ ਤਾਂ ਸਰਹੱਦੀ ਇਲਾਕੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜੋ ਲੰਬੇ ਸਮੇਂ ਤੋਂ ਪੈਂਡਿੰਗ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ న్యూਸ 18 ਲਈ ਕੁਲਦੀਪ ਸਿੰਘ ਰੇਣੀ ਸ਼੍ਰੀ ਮੁਖਸਰ ਸਾਹਿਬ